ਟਿੰਗਾਂ ਦੀਆਂ ਲੜੇ ਦਿਲਾਂ ਤੇ ਨਿਸ਼ਾਨੇ ਸੁੱਟੇ ਮਾਰਦੀਆਂ ਬੰਦਾ ਗੋਲੀ ਨਾਲ ਹੀ ਨਹੀਂ ਯਮਦੂਤ ਦੀ ਗਲਤੀ ਨਾਲ ਵੀ ਮਰ ਜਾਂਦਾ ਮੈਨੂੰ ਵੀ ਇਹ ਪਰਲੋਕ ਜਾ ਕੇ ਪਤਾ ਲੱਗਿਆ ਜੇ ਹੁਣ ਵਧਾ ਕੀਤਾ ਰਾਜ ਫਿਰ ਅਸੀਂ ਟੱਟੂ ਦੇ ਕਰਮ ਰਾਜ ਹੋਇਆ ਤੇਰੀ ਘਰ ਵਾਲੀ ਦਾ ਭਤੀਜਾ ਵਿੰਗਾ ਜਿਹਾ ਯਮਦੂਤ ਨਜਾਇਜ਼ ਹੀ ਬੰਦੇ ਨੂੰ ਚੁੱਕ ਲਿਆ ਓਏ ਹੁਣ ਇਹਦੀ ਮਾਂ ਨੂੰ ਕੌਣ ਜਵਾਬ ਦੇਊਗਾ ਮੈਂ ਤਾਂ ਨਾ ਥਾਂ ਜੀ ਤੇਰੇ ਨਾਲ ਲੱਗਾ ਮਾਮਾ ਹੈ ਤੇ ਊਤੀ ਹੈ ਤੂੰ ਕੁੱਤੇ ਬਿੱਲੀਆਂ ਚੁੱਕਿਆ ਕਰ ਬੰਦੇ ਚੁੱਕਣਾ ਤੇਰੇ ਵੱਸ ਦੀ ਗੱਲ ਨੀ ਕੀ ਬਣੂ ਵੀਰੇ ਬਾਬਾ ਤੈਨੂੰ ਯਮਦੂਤ ਭਰਤੀ ਕਰ ਲੈਣਾ ਬਾਬਾ ਮੈਂ ਯਮਦੂਤ ਨੀ ਬਣਨਾ ਮੈਂ ਹਸਬੈਂਡ ਬਣਨਾ ਉਹ ਵੀ ਸਿਮਰਨ ਦਾ ਕੇ ਸ਼ਰੀਰ ਮੇ ਪ੍ਰਵੇਸ਼ ਕਰਨਾ ਹੋਗਾ ਜਿਸਕੇ ਬਦਲੇ ਮੇ ਆਪਕੇ ਪ੍ਰਾਣ ਹਰਨ ਕੀਏ ਗਏ ਥੇ 35 ਇੰਨੀਆਂ ਗੋਲੀਆਂ ਕਿਸੇ ਬੰਦੂਕ ਚ ਨਹੀਂ ਪੈਂਦੀਆਂ ਜਿੰਨੀਆਂ ਇਹ ਢਿੱਡ ਚ ਪਾਈ ਬੈਠਾ ਮੇਰਾ ਉਸ ਬੰਦੇ ਚ ਰਹਿਣ ਨੂੰ ਜੀ ਨਹੀਂ ਕਰਦਾ ਜੀ ਉਹ ਤੂੰ ਕੀ ਆਪਣਾ ਨਵਾਂ ਸੀੜੀ ਸਿਆਪਾ ਪਾ ਕੇ ਬਹਿ ਗਿਆ ਜੇ ਸੀੜੀ ਸਿਆਪਾ ਕਿਆ ਹੋਤਾ ਹੈ ਆਪਨੇ ਵੋ ਕੈਰੀ ਔਨ ਜੱਟਾ ਫਿਲਮ ਦੇਖੀ ਹੈ 10 ਵਾਰ ਉਸਮੇ ਸੀੜੀ ਕਾਈ ਤੋਂ ਸਿਆਪਾ ਹੈ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦਿਲ ਸਾਹਿਬ ਨਹੀਂ ਰਹੇ ਤੂੰ ਮੈਨੂੰ ਮਿੰਟ ਮਿੰਟ ਤੇ ਮਰਿਆ ਡਿਕਲੇਅਰ ਕਰਦਾ ਡਾਕਟਰ ਮੈਂ ਸੁਣਿਆ ਧਰਤੀ ਤੇ ਮੇਰੇ ਸਰੀਰ ਦੀ ਜਰਾਬ ਬਣਾਈ ਫਿਰਦਾ ਜਦੋਂ ਜੀ ਕੀਤਾ ਲਾਹ ਤੀ ਜਦੋਂ ਜੀ ਕੀਤਾ ਪਾਲੀ ਬੰਦਾ ਬਣ ਜਾ ਅੰਕਲ ਜੀ ਇਹ ਖਾਂਦਾ ਕੀ ਆ ਬੰਦੇ ਜਿਹੜੀ ਆਤਮਾ ਮੈਂ ਲੈ ਕੇ ਆਉਣਾ ਨਾ ਸਰੀਰ ਇਹ ਖਾ ਲੈਂਦਾ ਪਰਿਵਾਰਾਂ ਨੂੰ ਪਿੱਛੇ ਸੰਸਕਾਰ ਕਰਨ ਦੀ ਲੋੜ ਨਹੀਂ ਪੈਂਦੀ ਪੂਰਾ ਈਕੋ ਫ੍ਰੈਂਡਲੀ ਹੈ ਨਾਲੇ ਕਨਮ ਰੋੜਿਆ ਸਪੀਡ 1500 ਤੇ ਓਏ ਹੱਸਦੇ ਹੱਸਦੇ ਕਹੋਗੇ ਹਾਂਜੀ ਫਿਰ ਕਿਵੇਂ ਲੱਗਿਆ ਮਰ ਗਏ ਲੋਕੋ ਦਾ ਟ੍ਰੇਲਰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਿਓ ਹੁਣੇ ਸਬਸਕ੍ਰਾਈਬ ਕਰੋ